ਕੈਸੀ ਬਾਬਾ ਬੰਦਾ ਸਿੰਘ ਬਹਾਦਰ ਸਰਖੰਦ ਬੈਠਾ ਏ ਸਾਹਿਬਜ਼ਾਦਿਆਂ ਦਾ ਕਾਤਲ ਵਜ਼ੀਰ ਖਾਨ ਉਹਨੂੰ ਬਾਅਦ ਵਿੱਚ ਸੋਧਣਾ ਏ ਪਰ ਸਡੋਰੇ ਉਸਮਾਨ ਖਾਨ ਬੈਠਾ ਏ ਮੇਰੇ ਪਿਆਰੇ ਪੀਰ ਬੁੱਧੂ ਸ਼ਾਹ ਦਾ ਕਾਤਲ ਅਸੀਂ ਚਾਹੁੰਦੇ ਹਾਂ ਗੁਰੂ ਪੁੱਤਰਾਂ ਦੇ ਕਾਤਲ ਨੂੰ ਸਜ਼ਾ ਬਾਅਦ ਵਿੱਚ ਦਿੱਤੀ ਜਾਵੇ ਗੁਰੂ ਦੇ ਸਿੱਖ ਦੇ ਕਾਤਲ ਨੂੰ ਪਹਿਲਾਂ ਸਜ਼ਾ ਦਿੱਤੀ ਜਾਵੇ ਸਤਿਗੁਰੂ ਜੀ ਲਈ ਸਿੱਖ ਪਤਾ ਨਹੀਂ ਕਿੱਡਾ ਕੁ ਵੱਡੀ ਚੀਜ਼ ਨੂੰ ਤਿਆਰ ਕਰਦੇ ਹਾਂ 239 ਸਾਲ ਲੱਗ ਗਏ ਉਹਦੇ ਤੋਂ ਸਦਕੇ ਜਾਂਦੇ ਐਸਾ ਹੀ ਹੋਇਆ ਸੀ ਪਹਿਲਾਂ ਸਡੋਰਾ ਫਤਿਹ ਕੀਤਾ ਏ ਉਸਮਾਨ ਇਹ ਤੋਂ ਬਾਅਦ ਤੁਸੀਂ ਜਾਣ ਤੁਸੀਂ ਸੁਣੇ ਆਏ ਉਸਮਾਨ ਖਾਨ ਨੂੰ ਮਾਰਿਆ ਫਿਰ ਸਰਹੰਦ ਵੱਲ ਵਧੇ ਨੇ ਪੂਰਾ ਨਾਲ ਉਹਨਾਂ ਚਿਰ ਕੌਮ ਵੀ ਆ ਗਈ ਵੈਸੇ ਹੈਰਾਨ ਖੋਈ ਦਾ ਕਹਿ ਸਮਾਨ ਜਿੱਤਿਆ ਗਵਰਨਰ ਬਣਾਇਆ ਉੱਥੋਂ ਦਾ ਸਰਦਾਰ ਫਤਿਹ ਸਿੰਘ ਵਜ਼ੀਰ ਖਾਨ ਨਾਲ ਲੜਾਈ ਹੋ ਰਹੀ ਹੈ ਬਾਦ ਸਿੰਘ ਦੀ ਅਤੇ ਉਸ ਵਜੀਦੇ ਦੀ ਗੁਰੂ ਕੇ ਪਿਆਰਿਓ ਜਿਸ ਨੇ ਸਾਹਿਬਜ਼ਾਦਿਆਂ 'ਤੇ ਜ਼ੁਲਮ ਕੀਤਾ ਐਨ ਵਾਰ ਕਰਨ ਲੱਗਾ ਏ ਉਹ ਜਿਹੜਾ ਜ਼ਾਲਮ ਸਰਦਾਰ ਬਾਜ ਸਿੰਘ 'ਤੇ ਕੋਲ ਸਰਦਾਰ ਫਤਿਹ ਸਿੰਘ ਨੇ ਇਹੋ ਜਿਹਾ ਵਾਰ ਕੀਤਾ ਉਹਦੇ ਵਾਰ ਨਾਲ ਉਹ ਸੂਬਾ ਸਰਖੰਦ ਸਦਾ ਲਈ ਮੌਤ ਦੇ ਘਾਟ ਉਤਰ ਗਿਆ ਸਮਾਣੇ ਦਾ ਪਿਆਰਿਓ ਗਵਰਨਰ ਫਤਿਹ ਸਿੰਘ ਉਸ ਨੂੰ ਮਾਰਤਾ ਸੂਬਾ ਸਰਖੰਦ ਨੂੰ ਫਤਿਹ ਸਿੰਘ ਸਰਦਾਰ ਨੇ ਇੱਥੇ ਕਿਹਦੀ ਆਖਰੀ ਪਿਆਰਿਓ ਸ਼ਹਾਦਤ ਹੋਈ ਗੁਰੂ ਪਰਿਵਾਰ 'ਚੋਂ ਬਾਬਾ ਫਤਿਹ ਸਿੰਘ ਦੀ ਨਾਮ ਕੀ ਰੱਖਿਆ ਸ਼ਹਿਰ ਦਾ ਫਤਿਹਗੜ੍ਹ ਸਾਹਿਬ ਦਰਅਸਲ ਉਹ ਬਾਬਾ ਫਤਿਹ ਸਿੰਘ ਦਾ ਧਿਆਨ ਕੌਮ ਨੂੰ ਫਤਿਹ ਦਿਵਾਉਂਦਾ ਹੈ ਜਦੋਂ ਹੁਣ ਜਾਓਗੇ ਨਾ ਸਰਹੰਦ ਦਰਸ਼ਨ ਕਰੋ ਪਹਿਲਾਂ ਦੀਵਾਰ 'ਤੇ ਮੁੜ ਮਾਤਾ ਗੁਜਰ ਕੌਰ ਦੇ ਠੰਡੇ ਬੁਰਜ ਨੂੰ ਜਾਣਾ ਹੋਵੇ ਅਤੇ ਛੇਤੀ ਨਾ ਕਰਨੀ ਵਿਚਾਲੇ ਇੱਕ ਜਗ੍ਹਾ ਹੈ ਛੋਟੀ ਜਿਹੀ ਬਣੀ ਸਤਿਪੁਰਾਂ ਦਾ ਪ੍ਰਕਾਸ਼ ਕੀਤਾ ਹੁਣ ਇੱਕ ਥੜਾ ਟਾਈਪ ਛੋਟਾ ਜਿਹਾ ਉੱਪਰ ਕਮਰਾ ਏ ਪਿਆਰਿਓ ਉਹ 'ਚ ਇੱਕ ਘਟਨਾ ਲਿਖੀ ਹੋਈ ਹੈ ਉਹ ਘਟਨਾ ਦੱਸਦੀ ਹੈ ਕੌਮ ਦੇ ਅੰਦਰ ਇਸ ਸਰਖੰਦ ਲਈ ਪਿਆਰ ਗੁਰੂ ਕੇ ਪੁੱਤਰਾਂ ਲਈ ਅਤੇ ਸਰਖੰਦ ਸ਼ਹਿਰ ਅਤੇ ਉਹਨਾਂ ਲੋਕਾਂ ਲਈ ਨਫ਼ਰਤ ਕਿੰਨੀ ਸੀ ਜਿੱਥੇ ਏਡਾ ਵੱਡਾ ਜ਼ੁਲਮ ਹੋਇਆ ਉਸ ਨੂੰ ਫਤਿਹ ਕਰਨ ਲਈ 8,000 ਸਿੰਘਾਂ ਦੀ ਸ਼ਹਾਦਤ ਹੋਈ ਉਹਨਾਂ ਦਾ ਇਕੱਠਿਆਂ ਸੰਸਕਾਰ ਕੀਤਾ ਹੈ ਸਾਧ ਸੰਗ ਆਪ ਜੀ ਜਾਣਦੇ ਹੋ ਇਹ ਕੁਝ ਕਰਨ ਤੋਂ ਬਾਅਦ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਕੜ ਕੇ ਦਿੱਲੀ ਸ਼ਹੀਦ ਕੀਤਾ ਹੈ ਜੇ ਅੰਦਰੋਂ ਕਿਸੇ ਜਗ੍ਹਾ 'ਤੇ ਡੋਲਣ ਵਾਲੀ ਹਾਲਤ ਹੁੰਦੀ ਕਦੇ ਹੱਥ ਕੱਟਿਆ ਪੈਰ ਕੱਟਿਆ ਅੱਖ ਕੱਢਿਆ ਪੁੱਤਰ ਦਾ ਕਲੇਜਾ ਮੂੰਹ 'ਚ ਪਾਇਆ ਅਡੋਲ ਨਾ ਰਹਿੰਦਾ ਪੁੱਛਿਆ ਸੀ ਵਕਤ ਦੇ ਬਾਦਸ਼ਾਹ ਨੇ ਤੈਨੂੰ ਦੁੱਖ ਨਹੀਂ ਹੁੰਦਾ ਕਹਿਣ ਲੱਗਾ ਤੁਹਾਨੂੰ ਇਸ ਗੱਲ ਦੀ ਸਮਝ ਨਹੀਂ ਆਉਣੀ ਦੁੱਖ ਕੀ ਹੁੰਦਾ ਹੈ ਤੁਹਾਡੇ ਲਈ ਪਰਿਭਾਸ਼ਾ ਹੋਰ ਸਾਡੀਆਂ ਪਰਿਭਾਸ਼ਾ ਨਵੀਆਂ ਨਾ ਲੋਕ ਕਹਿੰਦੇ ਮਰ ਗਏ ਮਾਵਾਂ ਦੇ ਪੁੱਤ ਤੁਸੀਂ ਕਹਿੰਦੇ ਹੋ ਸ਼ਹੀਦ ਖੋ ਗਏ ਲੋਕ ਕਹਿੰਦੇ ਮੁੱਕ ਗਈ ਕਹਾਣੀ ਤੁਸੀਂ ਕਹਿੰਦੇ ਹੋ ਸ਼ਹੀਦਾਂ ਤੋਂ ਸਾਡੀ ਕਹਾਣੀ ਸ਼ੁਰੂ ਹੁੰਦੀ ਹੈ ਲੋਕਾਂ ਦਾ ਅੰਤ ਸ਼ਮਸ਼ਾਨ ਘਾਟ ਜਾ ਕੇ ਹੁੰਦਾ ਏ ਧੰਨ ਗੁਰੂ ਨਾਨਕ ਸਾਹਿਬ ਨੇ ਸ਼ਮਸ਼ਾਨ ਘਾਟ ਤੋਂ ਸਿੱਖੀ ਦੀ ਦਾਸਤਾਨ ਸ਼ੁਰੂ ਕੀਤੀ ਹੈ ਸਾਧ ਸੰਗਤ ਬਾਦਸ਼ਾਹ ਕਹਿਣ ਲੱਗਾ ਤੈਨੂੰ ਦੁੱਖ ਨਹੀਂ ਹੁੰਦਾ ਦਰਦ ਨਹੀਂ ਹੁੰਦਾ ਤੇਰਾ ਪੱਥਰ ਦਿਲ 'ਤੇ ਨਹੀਂ ਬਣਿਆ ਕਹਿਣ ਲੱਗਾ ਦਿਲ ਮੇਰਾ ਅੰਤਾਂ ਦਾ ਪਿਆਰਾ ਅਤੇ ਕੋਮਲ ਹੈ ਪਰ ਤੁਸੀਂ ਕਹਿੰਦੇ ਦੁੱਖ ਨਹੀਂ ਖੋ ਰਿਹਾ ਮੇਰਾ ਪੂਰਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਮੇਰੇ ਸੱਚੇ ਪਾਤਸ਼ਾਹ ਜੀ ਨੇ ਐਕੋ ਜੀ ਸਿੱਖਾਂ ਨੂੰ ਦਾਤ ਦਿੱਤੀ ਹੈ ਨਾਮ ਨਾਲ ਜੋੜ ਕੇ ਜਦੋਂ ਅੰਦਰ ਉਹਦੇ ਨਾਲ ਜੁੜਦਾ ਏ ਮੈਂ ਵੀ ਸਰੀਰ ਨੂੰ ਉਵੇਂ ਵੇਖ ਰਿਹਾ ਹਾਂ ਜਿਵੇਂ ਤੁਸੀਂ ਮੇਰੇ ਸਰੀਰ ਦੀ ਹਾਲਤ ਵੇਖ ਰਹੇ ਹੋ ਮੈਂ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਲੋਕ ਵਾਰਾਂ ਅਤੇ ਵਧੀਕ ਵਿੱਚ ਇੱਕ ਬਚਨ ਹੁੰਦਾ ਹੈ ਸਾਹਿਬ ਕਹਿੰਦੇ ਗੁਰਮੁਖ ਅੰਤਰ ਸਹਿਜ ਕਹਿ ਮਨ ਚੜਿਆ ਦਸਵੇਂ ਆਕਾਸ਼ ਤਿੱਛੈ ਊਂਗ ਨਾ ਭੁੱਖ ਕਹਿ ਹਰ ਅੰਮ੍ਰਿਤ ਨਾਮ ਸੁਖ ਵਾਸ ਉੱਥੇ ਦੁੱਖ ਸੁੱਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ ਉਹ ਤਾਕਤ ਹੈ ਕੋਲ ਪਰ ਉਹ ਆਪਾ ਕੁਰਬਾਨ ਕਰ ਗਏ ਉਸ ਤੋਂ ਬਾਅਦ 86 ਸਾਲ ਮੇਰੀ ਕੌਮ ਹਰ ਕੁਰਬਾਨੀ ਕਰਦੀ ਰਹੀ ਘਰੋਂ ਬੇਕਾਰ ਹੋਈ ਭੁੱਖੇ ਰਹੇ ਕੱਲੂ ਕਾਰ ਤੇ ਵਾਪਰੇ
ਪਰ 86 ਸਾਲ ਬਾਅਦ ਜਾ ਕੇ 1716 ਤੋਂ ਬਾਅਦ 1799 ਨੂੰ ਜਾ ਕੇ ਮਹਾਰਾਜਾ ਰਣਜੀਤ ਸਿੰਘ ਲਾਹੌਰ ਤੇ ਕਾਬਜ਼ ਹੋ ਕੇ ਰਾਜ ਭਾਗ ਦਾ ਮਾਲਕ ਬਣਦਾ ਹੈ। ਸਤ ਸੰਗ ਹਰ ਸ਼ਹਾਦਤ ਜੋ ਹੈ ਉਹ ਸਾਨੂੰ ਆਪਣੇ ਇਸ ਮਨੁੱਖਤਾ ਦੇ ਅੰਦਰ ਸਾਡੀ ਉੱਚੀ ਜਗ੍ਹਾ ਬਣਾਉਂਦੀ ਹੈ, ਸਾਡੀ ਰੱਬ ਦੇ ਘਰ ਜਗ੍ਹਾ ਬਣਾਉਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਇਹ ਕਹਾਣੀਆਂ ਸ਼ਹੀਦਾਂ ਦੀਆਂ ਇਤਿਹਾਸ ਦੀਆਂ ਬਹੁਤ ਲੰਬੇਰੀਆਂ ਨੇ। ਬਸ ਇੱਕੋ ਬੇਨਤੀ ਹੈ, ਆਓ ਜਿੱਥੇ ਸ਼ਹੀਦਾਂ ਨੂੰ ਅਤੇ ਗੁਰੂ ਪੀਰਾਂ ਨੂੰ ਯਾਦ ਕਰਦੇ ਹਾਂ, ਉਸ ਤੋਂ ਬਾਅਦ ਇਹ ਨਹੀਂ ਵੇਖਣਾ ਸਮਾਗਮ ਸਿਰੇ ਸਹੀ ਚੜ੍ਹਿਆ ਕਿ ਨਹੀਂ ਚੜ੍ਹਿਆ, ਇਹ ਵੇਖਣਾ ਹੈ ਕਿੰਨਾ ਕੁ ਪਰਿਵਾਰਾਂ ਦੇ ਅੰਦਰ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਲਈ ਦਰਦ ਪੈਦਾ ਹੋਇਆ ਹੈ, ਕਿੰਨਾ ਕੁ ਅਸੀਂ ਔਗੁਣਾਂ ਨੂੰ ਤਿਆਗ ਸਤਿਗੁਰਾਂ ਦੇ ਬਖਸ਼ੇ ਹੋਏ ਗੁਣਾਂ ਨੂੰ ਆਪਣੇ ਅੰਦਰ ਥਾਂ ਦਿੱਤੀ ਹੈ। ਜੇ ਸਤਿਗੁਰੂ ਦੇ ਨੇੜੇ ਹੋਇਆ ਹਰ ਸਮਾਗਮ ਤੋਂ ਬਾਅਦ ਪਿਆਰਿਓ ਭਲਾ ਹੈ, ਅਤੇ ਜੇ ਸਮਾਗਮ ਤੋਂ ਬਾਅਦ ਨੇੜੇ ਹੋਣ ਦੀ ਬਜਾਏ ਅੰਦਰ ਕੋਈ ਫਰਕ ਨਾ ਪਿਆ ਤਾਂ ਫਿਰ ਸੋਚਣਾ ਪਵੇਗਾ ਉਹਨੂੰ ਕਿਸ ਢੰਗ ਨਾਲ ਕਰਿਆ ਜਾਵੇ ਜਿਹਦੇ ਨਾਲ ਅਸੀਂ ਇਹ ਸੇਵਾ ਸਮੁੱਚੀ ਨਿਭਾ ਸਕੀਏ। ਸਮਾਂ ਹੋ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਗੁਰੂ ਕੇ ਪਿਆਰਿਓ, ਅਸੀਂ ਰਲ ਮਿਲ ਕੇ ਸ਼ਹੀਦਾਂ ਦੇ ਸਤਿਗੁਰਾਂ ਦੇ ਦਿਨ ਹੀ ਮਨਾਈਏ, ਉਹਨਾਂ ਦੇ ਪਾਇਆਂ ਪੂਰਨਿਆਂ 'ਤੇ ਵੀ ਚੱਲੀਏ। ਆਓ ਰਲ ਕੇ ਜਿਵੇਂ ਘਰ ਰੋਜ਼ ਸਤਿਗੁਰੂ ਦੇ ਚਰਨਾਂ 'ਚ ਧਿਆਨ ਤਰੀਦਾ, ਤਰੋ ਗਾਓ ਅਤੇ ਸਮਾਪਤੀ ਕਰੀਏ। ਜੇ ਗੁਰਪੂਰਾ ਜਿਨ ਸਿਮਰਿਆ, ਗੁਰਪੂਰਾ ਜਿਨ ਸਿਮਰਿਆ, ਸੇਈ ਪੈਨਿਆਲ, ਸੇਈ ਪੈਨਿਆਲ, ਸੇਈ ਨਾਨਕ ਨਾਮ ਅਰਾਧਨਾ, ਨਾਨਕ ਨਾਮ ਅਰਾਧਨਾ, ਕਾਰਜ ਆਵੇ ਰਾਸ, ਕਾਰਜ ਆਵੇ ਰਾਸ, ਗੁਰਪੂਰਾ ਜਿਨ ਸਿਮਰਿਆ, ਗੁਰਪੂਰਾ ਜਿਨ ਸਿਮਰਿਆ, ਗੁਰਪੂਰਾ। ਮਹਾਰਾਜ ਮਿਹਰ ਕਰਨ, ਸਮਰੱਥ ਗੁਰੂ ਪੂਰੇ ਤੇ ਲੜ ਲੜ ਕੇ ਇਸੇ ਤਰ੍ਹਾਂ ਉਹਨਾਂ ਦੇ ਗੁਣ ਗਾਉਂਦੇ ਰਹੀਏ। ਮੈਂ ਸ਼ੁਕਰ ਗੁਜ਼ਾਰ ਹਾਂ ਜਿੱਥੇ ਆਪ ਸਾਰੀ ਸੰਗਤ ਦੇ ਇੱਕ ਇੱਕ ਜੀ ਦਾ ਜਿਹੜੇ ਕਾਰੋਬਾਰ ਸਾਲ ਬਾਅਦ ਆਈਏ, ਡੇਢ ਬਾਅਦ ਆਈਏ, 6 ਮਹੀਨੇ ਬਾਅਦ ਆਈਏ, ਬਹੁਤ ਅਸੀਸਾਂ ਅਤੇ ਪਿਆਰ ਦੇ ਕੇ ਆਪਣੇ ਕਰਜ਼ੇ ਚਲੇ ਦੱਬ ਦੇਖੋ, ਸ਼ਬਦ ਨਹੀਂ ਹੁੰਦੇ ਆਪ ਜੀ ਦਾ ਅਦਬ ਸਤਿਕਾਰ ਵਿੱਚ ਧੰਨਵਾਦ ਅਤੇ ਕਿਹੜੇ ਸ਼ਬਦ ਵਰਤਾਂ। ਸਿੱਖ ਕਲਚਰ ਸੁਸਾਇਟੀ ਦੇ ਪ੍ਰਧਾਨ ਸਰਦਾਰ ਗੁਰਦੇਵ ਸਿੰਘ ਕੰਗ, ਵੀਰ ਕੁਲਦੀਪ ਸਿੰਘ ਢਿੱਲੋਂ ਅਤੇ ਛੋਟੇ ਵੀਰ ਬੱਚਿਆਂ ਦੀ ਤਰ੍ਹਾਂ ਜੋ ਨਾਲ ਕਹਿੰਦੇ ਸਰਦਾਰ ਕੁਲਦੀਪ ਸਿੰਘ ਵਡੈਚ, ਸਾਰੀ ਪ੍ਰਬੰਧਕ ਕਮੇਟੀ ਹਮੇਸ਼ਾ ਪਿਆਰ ਦਿੰਦੇ ਆਏ, ਇਸ ਵਾਰ ਇਸ ਮਹੀਨੇ ਅੰਦਰ ਬਹੁਤ ਵਧੇਰੇ ਪਿਆਰ ਦੇ ਕੇ ਇਹਨਾਂ ਨੇ ਨਿਵਾਜਿਆ ਹੈ। ਇੱਕ ਹੋਰ ਉਚੇਚੇ ਤੌਰ 'ਤੇ ਤੁਹਾਡੀ ਚਰਨ ਧੂੜ 'ਤੇ ਪਿਆਰ ਹੀ ਸਾਡੇ ਲਈ ਗੋਲਡ ਮੈਡਲ ਹੁੰਦੇ ਕਾਰਨ ਇਹ ਤੁਹਾਡਾ ਵੱਡਾ ਪੰਨ ਹੈ, ਉਤਸ਼ਾਹ ਦੇਣ ਦਾ ਜੋ ਸ਼ੇਰੇ ਪੰਜਾਬ ਸਪੋਰਟਸ ਕਲੱਬ ਅਤੇ ਆਪ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਜੋ ਪਿਆਰ ਦੇ ਰਹੇ ਹੋ ਇਹਦੇ ਲਈ ਧੰਨਵਾਦ ਕਰਦਾ ਹਾਂ। ਸਤਿਕਾਰ ਤੋਂ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਦੇ ਪਿਆਰ ਉਹ ਸਾਰੇ ਵੀਰ ਸਰਦਾਰ ਟਹਿਲ ਸਿੰਘ ਦੇ ਸਮੇਤ ਸਭਨਾਂ ਦਾ ਸ਼ੁਕਰ ਗੁਜ਼ਾਰ ਹਾਂ। ਖੁਸ਼ੀ ਹੈ ਕੌਮ ਦੇ ਮਹਾਨ ਵਿਦਵਾਨ ਮੇਰੇ ਛੋਟੇ ਵੀਰ ਗੁਣਾਂ 'ਚ ਵੱਡੇ
ਤੇ ਉਮਰ ਛੋਟੇ ਸਤਕਾਰ ਜੋ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਪਿਛਲੇ 2 ਦਿਨਾਂ ਤੋਂ ਆਪ ਜੀ ਨੂੰ ਸਤਿਗੁਰੂ ਦੀਆਂ ਕਥਾ ਕਹਾਣੀਆਂ ਸੁਣਾ ਰਹੇ ਸਨ। ਅੱਜ ਵੀ ਉਹਨਾਂ ਨੇ ਮੁਬਾਰਕ ਰਸਨਾ ਤੋਂ ਸਾਹਿਬ ਦੀ ਸਿਫਤ ਸਲਾਹ ਕਰਨੀ ਤੈਅ। ਹੋਰ ਵਿਦਵਾਨ ਵੀਰ ਆਏ ਤਾਂ ਵੀਰ ਸੁਖਪ੍ਰੀਤ ਸਿੰਘ ਜੀ, ਕਰਿੰਦਰ ਸਿੰਘ ਜੀ, ਉਹਨਾਂ ਨੇ ਗੋਚ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਕਰਨ। ਮੇਰੀਆਂ ਭੁੱਲਾਂ ਦੀ ਖਿਮਾ ਕਰਦੇ ਹੋਏ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ